BCL शराब फैक्ट्री नूं माइता माइनर दा पानी देण ते अज किसानां ने गहरी बूटर पिंड कोल लगाए जा रहे मोगे दा कीता विरोध। दस दईए कि जो संगत मंडी अधीन पेंदे पिंड मछाणा विखे BCL दी शराब फैक्ट्री चल रही है, इस फैक्ट्री नूं माइता माइनर दा पानी देण ते किसानां वल्लों अज पिंड गहरी बूटर विखे विरोध किया गया। इस मौके किसानां ने कहा है कि जो इस BCL फैक्ट्री नूं इस मोगे दा पानी दिता जा रहा है वह इस दा विरोध करदे हन। उन्हां चिर इस माइनर विच्चों पहला 3 इंची पाइप पा के BCL नूं पानी दिता जा रहा सी, लेकिन हुण इस माइनर दा मोगा वड्डा करके वध पानी देना शुरू कर दिता है, जिस कारण वह इस चीज़ का विरोध करते हैं। उन्हां कहा है कि जेकर मोगा वड्डा किया जाता है तो उन्हां दीआं फसलां नूं पानी पूरा नहीं पहुँचेगा, जिस कारण उन्हां नूं वड्डा नुकसान हो जाएगा। इन्हां किसानां ने कहा है कि वह किसी भी कीमत पर यह मोगा वड्डा नहीं करन देंगे अते वह इसका पूरी तरह विरोध करते हैं। पिंड साडा गहरी बुटर है, साढ़े इस जिहड़ा महिता मैनर रजवा है जी अपना, साडा 3 पिंडां नूं इहदा जी जिहड़ा मोगा लग रहा है 3 पिंडां नूं पूरा सानूं इहदा नुकसान है जी। पहला पिंड गहरी बुटर है जी, फिर फुल्लो मिठी, फिर संगत कलां जी। संगत कलां दे एंड टेला पैंदे जी, एंड ते कुछ जस्सी बाग वाली नूं भी राकवे दा पानी इहदा लगदा जी। इहदा जिहड़ा पानी है जी इह धक्के नाल इत्थे 3 इंची पाइप सी, फिर उस तों बाद 4 इंची कर ली जी, फिर यह सीधा बर्मा ला के हौदी दे विच बर्मा ला के सीधा पानी चक्कर ला के जी। कौन चक्कदा है? इह शराब फैक्ट्री वाले जी। ਕਿਹੜੀ ਸ਼ਰਾਬ? ਸੰਗਤ ਮੰਡੀ ਦੀ ਰਕਬੇ ਦੇ ਵਿੱਚ ਫੈਕਟਰੀ ਬਣੀ ਹੈ ਇਸ ਏਰੀਏ ਦਾ, ਜਾਣੀ ਇਹ ਮਹਿਤਾ ਮੈਨਰ ਦਾ ਪਾਣੀ ਇਹਨਾਂ ਨੂੰ ਨਹੀਂ ਮਿਲਣਾ ਚਾਹੀਦਾ ਸੀ। ਇਹਨਾਂ ਦਾ ਰਕਬਾ ਉਧਰਲੇ ਪਾਸੇ ਹੋਰ ਸੂਏ ਤੋਂ ਇਸ ਤੋਂ ਪਾਣੀ ਲੈਣਾ ਸੀ ਇਹਨਾਂ ਨੇ, ਬਾਕੀ ਇਹ ਥੱਲੇ ਧਰਤੀ ਦੇ ਵਿੱਚ ਵੀ ਪਾਣੀ ਜਿਹੜਾ ਦੂਸ਼ਿਤ ਕਰ ਰਹੇ ਆ, ਥੱਲਿਓ ਧਰਤੀ ਦਾ ਪਾਣੀ ਖਰਾਬ ਕਰ ਰਹੇ ਆ। ਇਹ ਫੈਕਟਰੀ ਬੰਦ ਹੋਣੀ ਚਾਹੀਦੀ ਹੈ, ਇਹਦੇ ਵਾਸਤੇ ਅਸੀਂ ਜਿੰਨਾ ਵੀ ਸੰਘਰਸ਼ ਸਾਨੂੰ ਲੜਨਾ ਪਿਆ, ਅਸੀਂ ਜਿੰਨੇ ਵੀ ਜੂਨੀਅਰ ਦੇ ਜਿੰਨੇ ਵੀ ਨੁਮਾਇੰਦੇ ਆ ਸਾਰੇ ਅਸੀਂ ਰਲ ਕੇ ਇੱਥੇ ਅਸੀਂ ਧਰਨਾ ਲਾਵਾਂਗੇ। ਤੇ ਇਹ ਮੋਗੇ ਦਾ ਜਮਾ ਮਤਲਬ ਜਿਹੜੀ 3 ਇੰਚੀ ਪਾਇਪ ਆ ਉਹੀ ਲੱਗਣੀ ਚਾਹੀਦੀ ਆ, ਵੱਡਾ ਮੋਗਾ ਨਹੀਂ ਲੱਗਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਮੇਰਾ ਨਾਮ ਕੁਲਵੰਤ ਰਾਏ ਸ਼ਰਮਾ, ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਮ ਹਾਂ, ਬਲਾਕ ਪ੍ਰਧਾਨ ਸੰਗਤ। ਅੱਜ ਜੋ ਗਹਿਰੀ ਵਾਲੇ ਸੂਏ ਦੇ ਉੱਤੇ ਟਿੱਲੇ ਦੇ ਕੋਲ ਕਿਸਾਨਾਂ ਦਾ ਇਕੱਠ ਕੀਤਾ ਸੀਗਾ, ਉਹ ਇਸ ਕਰਕੇ ਸੀਗਾ ਕਿਉਂਕਿ ਉੱਥੋਂ ਰਿਫਾਇਨਰੀ ਹੈ ਜਿਹੜੀ, ਆਪਣਾ ਸ਼ਰਾਬ ਫੈਕਟਰੀ ਹੈ ਜਿਹੜੀ, ਉੱਥੋਂ ਉਸ ਨੂੰ ਪਹਿਲਾਂ ਮੋਗੀ ਦਿੱਤੀ ਹੋਈ ਸੀ 3 ਇੰਚ। ਅੱਜ ਉਸ ਮੋਗੀ ਨੂੰ ਭੰਨ ਕੇ ਉਸ ਨੂੰ ਕਾਫੀ ਵੱਡਾ ਕੀਤਾ ਜਾ ਰਿਹਾ ਸੀਗਾ, ਜਿਹੜਾ ਲਗਭਗ ਸਾਰੇ ਮੋਗਿਆਂ ਨਾਲੋਂ ਵੱਡਾ ਸੀਗਾ, ਅਤੇ ਖੁੱਲ੍ਹਾ ਪਾਣੀ ਜਿਹੜਾ ਸ਼ਰਾਬ ਨੂੰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀਗੀ। ਕਿਸਾਨਾਂ ਨੂੰ ਪਤਾ ਲੱਗਿਆ, ਕਿਸਾਨਾਂ ਨੇ ਆ ਕੇ ਰੌਲਾ ਪਾਇਆ, ਅਤੇ ਉਹਨਾਂ ਨੇ ਉੱਥੋਂ ਜਿਹੜੇ ਅਧਿਕਾਰੀ ਹੈ ਘੇਰ ਕੇ ਉਹਨਾਂ ਨੂੰ ਜਵਾਬ ਦਿੱਤਾ ਕਿ ਅਸੀਂ ਜਿਹੜਾ ਮੋਗੀ ਇਸ ਦਾ ਪਾਣੀ ਨਹੀਂ ਵਧਾਉਣ ਦੇਵਾਂਗੇ। ਇੱਕ ਪਾਸੇ ਸਰਕਾਰ ਜਿਹੜੀ ਹੈ ਕਹਿੰਦੀ ਅਸੀਂ ਕਿਸਾਨਾਂ ਦੇ ਹਿਤੈਸ਼ੀ ਹਾਂ, ਦੂਜੇ ਪਾਸੇ ਜਿਹੜੀਆਂ ਸ਼ਰਾਬ ਵਰਗੀਆਂ ਘਟੀਆ ਚੀਜ਼ਾਂ ਜਿਹੜੀਆਂ ਹੈਗੀਆਂ ਸਮਾਜ ਵਾਸਤੇ, ਉਹਨਾਂ ਦੀਆਂ ਫੈਕਟਰੀਆਂ ਵਾਸਤੇ ਕਿਸਾਨਾਂ ਤੋਂ ਖੋਹ ਕੇ ਪਾਣੀ ਉਹਨਾਂ ਨੂੰ ਮਤਲਬ ਸ਼ਰਾਬ ਫੈਕਟਰੀਆਂ ਨੂੰ ਦਿੱਤਾ ਜਾ ਰਿਹਾ ਹੈ, ਅਤੇ ਉਹੀ ਸ਼ਰਾਬ ਫੈਕਟਰੀਆਂ ਦੁਆਰਾ ਜਿਹੜਾ ਗੰਦਾ ਕਰਕੇ ਪਾਣੀ ਉਹ ਧਰਤੀ ਵਿੱਚ ਪਾਇਆ ਜਾ ਰਿਹਾ ਹੈ। ਇਹਦੀ ਮਿਸਾਲ ਹੈ ਜਿਹੜੀ ਪਹਿਲਾਂ ਤੁਸੀਂ ਜੀਰੇ ਵਿਖੇ ਇੱਕ ਜਿਹੜੀ ਫੈਕਟਰੀ ਪਹਿਲਾਂ ਚੱਲਦੀ ਸੀ ਜਿਹੜੀ ਹੁਣ ਬੰਦ ਹੈ, ਉਹ ਦੇਖ ਚੁੱਕੇ ਹਾਂ, ਉਹਦੇ ਖਿਲਾਫ ਕਿਸਾਨਾਂ ਦਾ ਇੱਕ ਵੱਡਾ ਰੋਹ ਉੱਠਿਆ ਸੀਗਾ, ਅਤੇ ਉਹ ਸ਼ਰਾਬ ਫੈਕਟਰੀ ਲਗਭਗ ਹੁਣ ਬੰਦ ਹੋਈ ਹੈ। ਹੋ ਸਕਦਾ ਹੈ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਦੇ ਖਿਲਾਫ ਵੀ ਕੋਈ ਵੱਡਾ ਸੰਘਰਸ਼ ਵਿੱਢਿਆ ਜਾਵੇ, ਅਤੇ ਜਿਹੜਾ ਪਾਣੀ ਹੈ ਉਹ ਅਸੀਂ ਇਸ ਤਰ੍ਹਾਂ ਅਜਾਇਆ ਨਹੀਂ ਜਾਣ ਦੇਵਾਂਗੇ। ਠੀਕ ਹੈ।